ਸਤਿ ਸ੍ਰੀ ਅਕਾਲ ਦੋਸਤੋ, ਅਸੀਂ ਅੱਜ ਸਿੰਘੂ ਬਾਰਡਰ ਤੋਂ ਵਾਪਸੀ ਕਰ ਰਹੇ ਹਾਂ। 20 ਤਰੀਕ ਨੂੰ ਗਏ ਸੀਗੇ ਤੇ ਸਾਰਾ ਜਿਹੜਾ ਤੁਹਾਨੂੰ ਘਟਨਾਕ੍ਰਮ ਹੈ ਉਹ ਦੱਸਣਾ ਹੈ ਵੀ ਕੀ ਉੱਥੇ ਹੋ ਰਿਹਾ। ਬਾਕੀ ਗੱਲਾਂ ਤਾਂ ਤੁਹਾਨੂੰ ਬਹੁਤ ਸਾਰੀਆਂ 26 ਤਰੀਕ ਵਾਲੇ ਇੰਸੀਡੈਂਟ ਤੋਂ ਬਾਅਦ ਪਤਾ ਲੱਗ ਗਈਆਂ ਹੋਣੀਆਂ ਨੇ ਵੀ ਉੱਥੇ ਕੀ ਹੋਇਆ। ਉੱਥੇ ਤੁਹਾਨੂੰ ਮੈਂ ਛੋਟੀ ਜਿਹੀ ਬਰੀਫ 'ਚ ਦੱਸਦਾ। ਉੱਥੇ ਜਿਹੜੀ ਮੇਨ 26 ਨਵੰਬਰ ਨੂੰ ਜਦੋਂ ਇੱਥੋਂ ਗਏ ਹੈ ਤਾਂ ਉੱਥੇ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਸਟੇਜ ਲੱਗੀ ਹੋਈ ਹੈ ਬਿਲਕੁਲ ਹਰਿਆਣਾ ਦਿੱਲੀ ਬਾਰਡਰ ਦੇ ਉੱਤੇ। ਉਸ ਤੋਂ 15 ਦਿਨਾਂ ਬਾਅਦ ਇੱਕ ਸਾਈਡ ਤੋਂ ਆ ਕੇ ਇੱਕ ਨਵੀਂ ਸਟੇਜ ਲੱਗ ਗਈ ਜਿਹਨੂੰ ਕਹਿੰਦੇ ਨੇ ਆਪਣਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ, ਜਿਹਦੇ ਲੀਡਰ ਨੇ ਪੰਧੇਰੈਣ ਪੰਨੂ ਤੇ ਉਹ ਚਲੋ ਪੁਰਾਣੀ ਗੱਲ ਹੋ ਗਈ। ਤੇ ਹੁਣ 26 ਨਵੰਬਰ ਨੂੰ ਜਿਹੜਾ ਹੋਇਆ ਲਾਲ ਕਿਲੇ ਵਾਲਾ ਪ੍ਰੋਗਰਾਮ, ਉਹਨਾਂ ਦਾ ਨਾਮ ਹੁਣ ਨਵਾਂ ਲਾਲ ਕਿਲਾ ਪਾਰਟੀ ਪੈ ਗਿਆ। ਉਹ ਲੋਕ ਸਰਕਾਰੀ ਤੌਰ ਤੇ ਰਲੇ ਹੋਏ ਨੇ ਦੀਪ ਸਿੱਧੂ ਉਹਨਾਂ ਦੇ ਨਾਲ ਜਾਂ ਬੀਜੇਪੀ ਨਾਲ, ਆਰਐਸਐਸ ਦੇ ਨਾਲ। ਉਹਨਾਂ ਨੇ ਉਦਣ ਗੜਬੜ ਕੀਤੀ, 26 ਤਰੀਕ ਵਾਲਾ ਪ੍ਰੋਗਰਾਮ ਬਹੁਤ ਵੱਡੇ ਪੱਧਰ ਤੇ ਫੇਲ ਕਰਨਾ ਸੀ। ਉਹਦੇ ਵਾਸਤੇ ਵੱਖਰੀ ਵੀਡੀਓ ਬਣਾਵਾਂਗੇ ਸ਼ਾਮ ਨੂੰ ਜਾਂ ਕੱਲ ਨੂੰ ਨਹਾ ਧੋ ਕੇ। ਹੁਣ ਇਹ ਐਮਰਜੈਂਸੀ ਤਾਂ ਕਰਕੇ ਬਣਾਈ ਹੈ ਵੀ ਹੁਣ ਉੱਥੇ ਆਪਣੇ ਨਾਲ ਕੀ ਬਣ ਰਿਹਾ ਉਹਦੇ ਬਾਰੇ ਦੱਸਣ ਸੰਬੰਧੀ। ਉਹਨਾਂ ਨੇ ਜੀ ਉਹ ਸਟੇਜ ਲਾਈ ਤਾਂ 15 ਦਿਨਾਂ ਬਾਅਦ 26 ਦੇ ਪ੍ਰੋਗਰਾਮ ਜਦੋਂ ਉਹਨਾਂ ਦੇ ਕਾਮਯਾਬ ਨਹੀਂ ਹੋਏ ਤਾਂ ਉਹਨਾਂ ਨੇ ਇੱਕ ਨਵਾਂ ਤਰੀਕਾ ਫੜ ਲਿਆ। 27 ਤਰੀਕ ਨੂੰ ਪ੍ਰਸ਼ਾਸਨ ਨੇ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਮਗਰਲੇ ਪਾਸੇ ਬਿਲਕੁਲ ਸੀਲ ਕਰਤਾ, ਬਾਰਡਰ ਬੈਰੀਕੇਡਿੰਗ ਕਰਤੀ। ਉਹਦੇ ਮਗਰ ਇੱਕ ਜਿਹੜੀ ਸਟੇਜ ਹੈ ਜਿਹਨੂੰ ਆਪਾਂ ਨਕਲੀ ਸਟੇਜ ਕਹਿ ਸਕਦੇ ਹਾਂ ਜਾਂ ਸਰਕਾਰੀ ਸਟੇਜ ਕਹਿ ਸਕਦੇ ਹਾਂ ਜਾਂ ਆਰਐਸਐਸ ਦੀ ਬੀਜੇਪੀ ਦੀ ਸਟੇਜ ਕਹਿ ਸਕਦੇ ਹਾਂ, ਉਹਦੇ ਉਹਨੂੰ ਇੱਕ ਪ੍ਰੋਪਰ ਜਿਵੇਂ ਫਿਲਮ ਦਾ ਸੈਟਅਪ ਲੱਗਦਾ ਹੁੰਦਾ ਉਵੇਂ ਬਣਾ ਲਿਆ। ਹੁਣ ਉੱਥੇ ਉਹ ਕੀ ਕਰਦੇ ਨੇ, ਉਹ ਫਿਲਮ ਸ਼ੂਟ ਕਰਦੇ ਨੇ ਰੋਜ਼। ਪਹਿਲਾਂ ਕੱਲ੍ਹ ਉਹਨਾਂ ਨੇ ਇੱਕ ਫਿਲਮ ਬਣਾਈ ਵੀ ਕੁਛ ਲੋਕਲ ਲੋਕਾਂ ਨੇ ਕਿਸਾਨਾਂ ਦਾ ਵਿਰੋਧ ਕੀਤਾ। ਉੱਥੇ ਸਟੇਜ ਵੀ ਉਹਨਾਂ ਦੀ ਆਪਦੀ ਹੈ ਜਾਂ ਉਹਨਾਂ ਦੇ ਸਪੋਰਟਰਾਂ ਦੀ ਹੈ ਜਾਂ ਸਮਰਥਕਾਂ ਦੀ ਲਾ ਲਓ, ਬੀਜੇਪੀ ਆਰਐਸਐਸ ਵਾਲਿਆਂ ਦੀ। ਗੋਦੀ ਮੀਡੀਆ ਵੀ ਉਹਨਾਂ ਦਾ, ਵਿਰੋਧ ਕਰਨ ਵਾਲੇ ਬੈਨਰ ਫੜਨ ਵਾਲੇ ਵੀ ਉਹਨਾਂ ਦੇ ਤੇ ਪੁਲਿਸ ਵੀ ਉਹਨਾਂ ਦੀ। ਉਹਨਾਂ ਨੇ ਪਹਿਲਾ ਐਪੀਸੋਡ ਦਿਖਾਤਾ, ਵਿਰੋਧ ਹੋਇਆ। ਦੂਜਾ ਐਪੀਸੋਡ ਇਹ ਦਿਖਾਇਆ ਅੱਜ ਚੱਲ ਰਿਹਾ 29 ਤਰੀਕ ਨੂੰ ਕਿ ਕਿਸਾਨਾਂ ਨੇ ਪੱਥਰਬਾਜ਼ੀ ਕੀਤੀ। ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਬੈਠੇ ਜਿਹੜੇ 2 ਲੱਖ ਲੋਕ ਨੇ ਉੱਥੇ ਸਿੰਘੂ ਤੇ, ਇੰਨੇ ਕੀ 2 ਲੱਖ ਲੋਕ ਰਾਜੀਪੁਰ ਇਕੱਠੇ ਹੋ ਗਏ ਕੱਲ ਰਾਤ, 2.5 ਲੱਖ ਟਿੱਕਰੀ ਨੇ। ਉਹਨਾਂ ਦੇ ਵਿੱਚੋਂ ਕਿਸੇ ਬੰਦੇ ਨੇ ਨਾ ਤਾਂ ਕੱਲ ਪੱਥਰ ਚਲਾਇਆ, ਨਾ ਅੱਜ ਚਲਾਇਆ, ਨਾ 26 ਨੂੰ ਚਲਾਇਆ ਸੀ। ਉਦਣ ਵੀ ਇਹਨਾਂ ਨੇ ਗੜਬੜ ਕੀਤੀ, ਅੱਜ ਪੱਥਰ ਮਾਰਨ ਵਾਲੇ ਵੀ ਇਹ, ਸਾਹਮਣੇ ਵਿਰੋਧ ਕਰਨ ਵਾਲੇ ਵੀ ਇਹ, ਗੋਦੀ ਮੀਡੀਆ ਵੀ ਆਪਣੀ ਇਹਨਾਂ ਦਾ ਔਰ ਪੁਲਿਸ ਵੀ ਇਹਨਾਂ ਦੀ। ਜਿਹੜੇ ਲੋਕ ਅਸਲ ਚ ਕਿਸਾਨ ਉੱਥੇ ਬੈਠੇ ਨੇ ਉਹਨਾਂ ਦਾ ਇੰਟਰਨੈਟ ਬੰਦ, ਉਹਨਾਂ ਦਾ ਮੋਬਾਈਲ ਸਿਗਨਲ ਬੰਦ। ਅਸੀਂ ਲੋਕ ਇੱਥੇ ਘਰੇ, ਸਾਨੂੰ ਘਰੇ ਕੋਈ, ਸਾਡੀ ਜਾਣਕਾਰੀ ਪੰਜਾਬ ਕੋਈ ਨਹੀਂ ਪਹੁੰਚ ਰਹੀ। ਉਧਰ ਪਰਾਂ ਫਿਲਮ ਸ਼ੂਟ ਕਰਕੇ ਟੀਵੀ ਤੇ ਚਲਾਉਂਦੇ ਨੇ। ਇੱਕ ਐਪੀਸੋਡ ਕੱਲ ਚੱਲਿਆ, ਦੂਜਾ ਅੱਜ ਚੱਲਿਆ, ਤੀਜਾ ਐਪੀਸੋਡ ਤੁਹਾਨੂੰ ਮੈਂ ਦੱਸ ਦੇਣਾ 2-4 ਦਿਨ ਚ ਚੱਲੂਗਾ। ਉਹ ਇਹ ਹੋਊਗਾ, ਸਿੰਘੂ ਬਾਰਡਰ ਦੇ ਉੱਤੋਂ ਕਿਸਾਨਾਂ ਦੀ ਘਰ ਵਾਪਸੀ ਕਰਾਈ ਜਾਂ ਵਿਰੋਧ ਦੇ ਚੱਲਦੇ ਹੋਏ ਕਿਸਾਨ ਡਰ ਕੇ ਭੱਜੇ, ਕੋਈ ਇਹੋ ਜਿਹਾ ਰੌਲਾ ਨਹੀਂ ਹੈਗਾ। ਉਹ ਪਿੱਛੇ ਸ਼ੂਟਿੰਗ ਹੁੰਦੀ ਹੈ, ਤੁਹਾਨੂੰ ਦਿਖਾਈ ਜਾਂਦੇ ਆ। ਅਸਲ ਦੇ ਵਿੱਚ ਜਿਹੜੀ ਉਰਲੇ ਪਾਸੇ ਦੀ ਕਹਾਣੀ ਹੈ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਆ, ਉਹ ਅੱਜ ਵੀ 9.5 ਕਿਲੋਮੀਟਰ ਲੰਬਾ ਕਾਫਲਾ, ਸਾਡਾ ਜਿਹੜਾ ਲੰਗਰ ਆ ਉਹ ਬਿਲਕੁਲ ਸਟੇਜ ਦੇ ਨੇੜੇ ਆ ਜਿੱਥੋਂ ਅਸੀਂ ਚੱਲ ਕੇ ਆਏ ਹਾਂ ਅੱਜ। ਸਾਰੇ ਰਸਤੇ ਦੇ ਵਿੱਚ 1% ਵੀ ਟਰੈਕਟਰ ਟਰਾਲੀਆਂ ਨਹੀਂ ਘਟੀਆਂ ਗਈਆਂ ਵਾਪਸ, 1% ਵੀ ਸੰਗਤ ਦੀ ਕਮੀ ਨਹੀਂ। ਉਵੇਂ ਹੀ ਲੋਕ ਚੜ੍ਹਦੀ ਕਲਾ ਚ ਨੇ, ਕੋਈ ਢਹਿੰਦੀ ਕਲਾ ਵਾਲੀ ਗੱਲ ਨਹੀਂ ਕਰਦਾ, ਕੋਈ ਲੋਕਲ ਲੋਕਾਂ ਦਾ ਵਿਰੋਧ ਨਹੀਂ। ਨਾਲ ਹੀ ਟਿਊਬਵੈਲ ਹੈ, ਅਸੀਂ ਉੱਥੇ ਰੋਜ਼ ਜਾਂਦੇ ਹਾਂ ਨਹਾਉਣ ਵਾਸਤੇ ਜਾਂਦੇ ਹਾਂ, ਪਰ ਸਾਨੂੰ ਬਿਨਾਂ ਚਾਹ ਪਲਾਏ ਨਹੀਂ ਮੋੜਦੇ ਹੈਗੇ ਬਾਪੂ ਜੀ। ਉੱਥੇ ਤਾਊ ਕਹਿੰਦੇ ਉਹਨਾਂ ਨੂੰ, ਤਾਊ ਮਹਿੰਦਰ ਸਿੰਘ ਉਹਨਾਂ ਦਾ ਨਾਮ ਹੈ। ਚਲੋ ਤੇ ਐਨ ਬਿਲਕੁਲ ਚੜ੍ਹਦੀ ਕਲਾ ਨੇ। ਹੁਣ ਸਰਕਾਰ ਕਰ ਕੀ ਰਹੀ ਹੈ, ਤੁਹਾਨੂੰ ਪਿੱਛੇ ਫਿਲਮ ਸ਼ੂਟ ਕਰਦੇ ਆ ਟੀਵੀ ਤੇ ਚਲਾ ਦਿੰਦੇ ਆ, ਸਾਡੇ ਕੋਲ ਇੰਟਰਨੈਟ ਨਹੀਂ, ਉਹ ਫਿਲਮ ਤੁਸੀਂ ਦੇਖ ਲੈਂਦੇ ਹੋ। ਆਹ ਲੰਗਰ ਇਹ ਚੱਲ ਰਿਹਾ ਰਸਤੇ ਚ ਕਰਨਾਲ ਦੇ ਕੋਲੋਂ, ਦੇਖੋ ਜੀ, ਤੇ ਉੱਥੇ ਉਹ ਫਿਲਮ ਤੁਹਾਨੂੰ ਦਿਖਾ ਦਿੰਦੇ ਆ। ਤੁਸੀਂ ਸਾਡੇ ਵਾਸਤੇ, ਅਸੀਂ ਤੁਹਾਡਾ ਨਾਮ ਰੱਖਿਆ ਰਜਾਈਆਂ ਵਾਲੇ ਕ੍ਰਾਂਤੀਕਾਰੀ, ਤੁਸੀਂ ਰਜਾਈ ਚ ਬਹਿ ਕੇ ਟੀਵੀ ਚੋਂ ਫਿਲਮ ਦੇਖ ਲੈਂਦੇ ਹੋ, ਘਬਰਾ ਜਾਂਦੇ ਹੋ, ਥੋੜੀ ਜਿਹੀ ਮੋਖ ਵੀ ਮਾਰ ਦਿੰਦੇ ਹੋ, ਤੇ ਸਾਨੂੰ ਫੋਨ ਕਰਕੇ ਤੁਸੀਂ ਕਹਿਣ ਲੱਗ ਜਾਂਦੇ ਹੋ ਕਿਵੇਂ ਆ, ਠੀਕ ਹੈ, ਏਦਾਂ ਨਾ ਹੋ ਜਾਏ, ਉਦਾਂ ਨਾ ਹੋ ਜਾਏ। ਤੁਹਾਡੀਆਂ ਆ ਜਿਹੜੀਆਂ ਫੋਨ ਗੱਲਾਂ ਟੀਵੀ ਦੇਖ ਕੇ ਆਉਂਦੀਆਂ ਨੇ, ਇਹ ਸਰਕਾਰ ਚਾਹੁੰਦੀ ਹੈ ਕਰਾਉਣਾ ਵੀ ਇੱਥੋਂ ਮਾਵਾਂ ਬਾਪੂ ਜੀ ਭੈਣ ਭਰਾ ਘਬਰਾਉਣ ਤੇ ਲੋਕਾਂ ਨੂੰ, ਬੈਠਿਆਂ ਨੂੰ ਫੋਨ ਕਰਨ ਤੇ ਲੋਕ ਉੱਥੋਂ, ਤੁਸੀਂ ਲੋਕ ਸਾਨੂੰ ਕਹੋ ਵੀ ਜਲਦੀ ਵਾਪਸ ਆ ਜਾਓ, ਜਲਦੀ ਵਾਪਸ ਆ ਜਾਓ, ਤੇ ਲੋਕ ਉੱਥੋਂ ਚਾਲੇ ਪਾ ਦੇਣ। ਇਹ ਉਹਨਾਂ ਦੀ ਚਾਲ ਹੈ, ਉੱਥੇ ਕੋਈ ਘਬਰਾਉਣ ਵਾਲੀ ਗੱਲ ਨਹੀਂ। ਖੁੱਲੇ ਲੰਗਰ ਪ੍ਰਸ਼ਾਦੇ ਪੱਕ ਰਹੇ ਨੇ, ਲੋਕ ਐਨ ਮਜ਼ੇ 'ਚ ਬੈਠੇ ਨੇ, ਢੋਲੇ ਦੀਆਂ ਲਾਉਂਦੇ ਨੇ, ਫਸਟ ਕਲਾਸ ਮਾਹੌਲ ਹੈ, ਕੋਈ ਵਿਰੋਧ ਨਹੀਂ। ਲੋਕਲ ਲੋਕ ਅੱਜ ਵੀ ਉਵੇਂ ਹੀ ਲੰਗਰਾਂ ਦੇ ਵਿੱਚ ਰੋਟੀ ਖਾ ਕੇ ਜਾਂਦੇ ਨੇ, ਉਵੇਂ ਹੀ ਲੰਗਰਾਂ ਵਾਸਤੇ ਲੱਸੀ ਤੇ ਦੁੱਧ ਲੈ ਕੇ ਆਉਂਦੇ ਨੇ। ਕੱਲ ਰਾਤ ਦੀ ਟਕੈਤ ਸਾਹਿਬ ਦੀ ਕਾਲ ਤੋਂ ਬਾਅਦ ਹਰਿਆਣੇ ਦੇ ਵਿੱਚੋਂ ਵਾਪਸ ਲੱਖਾਂ ਲੋਕ ਉੱਥੇ ਪਹੁੰਚ ਗਏ। ਇੱਕ ਸਮੇਂ ਤੇ ਉੱਥੇ ਕੁਝ 1000-2000 ਲੋਕ ਰਹਿ ਗਏ ਸੀਗੇ, ਪਰ ਹੁਣ ਅੱਜ ਦੀ ਰਿਪੋਰਟ ਇਹ ਹੈ
ਵੀ ਗਾਜ਼ੀਪੁਰ ਬਾਰਡਰ ਦੇ ਉੱਤੇ 2 ਲੱਖ ਤੋਂ ਵੱਧ ਬੰਦਾ ਰਾਤੋ ਰਾਤ ਪਹੁੰਚ ਗਿਆ। ਅਸੀਂ ਵਾਪਸ ਆ ਰਹੇ ਹਾਂ, ਪੂਰੇ ਹਰਿਆਣੇ ਦੀ ਜਾਟ ਬਰਾਦਰੀ ਉੱਥੇ ਪਹੁੰਚ ਰਹੀ ਹੈ ਬਹੁਤ ਜੋਸ਼ੋ ਜਲਾਲ ਨਾਲ। ਹੁਣ ਸਾਡੀ ਜਿਹੜੀ ਛੋਟੀ ਜਿਹੀ ਬੇਨਤੀ, ਇੱਕ ਤਾਂ ਵੀਡੀਓ ਵਾਇਰਲ ਕਰੋ, ਇੱਕ ਆਪਣੇ ਗੁਰੂ ਘਰਾਂ ਦੇ ਵਿੱਚੋਂ ਅਨਾਊਂਸਮੈਂਟਾਂ ਕਰਵਾਓ ਪਿੰਡਾਂ ਦੇ ਵਿੱਚ ਵੀ ਜੋ ਟੀਵੀ ਤੇ ਦਿਖਾਇਆ ਜਾ ਰਿਹਾ ਉਹ ਜਾਣ ਬੁੱਝ ਕੇ ਦਿਖਾਇਆ ਜਾ ਰਿਹਾ ਹੈ, ਇੱਕ ਘਬਰਾਹਟ ਦਾ ਤੇ ਡਰ ਦਾ ਮਾਹੌਲ ਪੈਦਾ ਕਰਨ ਨੂੰ ਪੰਜਾਬ ਦੇ ਵਿੱਚ ਜਾਂ ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚ, ਹਰਿਆਣਾ ਦੇ ਵਿੱਚ, ਤੇ ਤਾਂ ਕਿ ਲੋਕ ਇੱਥੋਂ ਘਰਾਂ ਚੋਂ ਫੋਨ ਕਰਨ ਉੱਥੇ ਵੀ ਆ ਜਾਓ। ਉੱਥੇ ਬਿਲਕੁਲ ਵੀ ਢਹਿੰਦੀ ਕਲਾ ਵਾਲਾ ਮਾਹੌਲ ਨਹੀਂ, 1% ਵੀ। ਜਿੰਨਾ ਇਕੱਠ 26 ਤਰੀਕ ਤੋਂ ਪਹਿਲਾਂ ਸੀ ਓਨਾ ਹੀ ਅੱਜ ਹੈ। ਕੇਵਲ ਔਰ ਕੇਵਲ ਉਹ ਲੋਕ ਵਾਪਸ ਆਏ ਨੇ ਜੋ 26 ਤਰੀਕ ਦੀ ਟਰੈਕਟਰ ਪਰੇਡ ਦੇ ਵਾਸਤੇ ਸਪੈਸ਼ਲ ਕੱਲੇ ਟਰੈਕਟਰ ਲੈ ਕੇ ਗਏ ਸੀਗੇ। ਉਹਨਾਂ ਲੋਕਾਂ ਨੇ ਵਾਪਸ ਆ ਕੇ ਆਪਣਾ ਖੇਤ ਕਿੱਤਾ ਵੀ ਸਾਂਭਣਾ, ਉਹੀ ਆਏ ਨੇ ਜਿਹੜੇ ਲੋਕ 26 ਨਵੰਬਰ ਨੂੰ ਗਏ ਸੀ, ਉਹ ਉਵੇਂ ਹੀ ਉੱਥੇ ਬੈਠੇ ਨੇ, ਉਵੇਂ ਹੀ ਮਜ਼ੇ ਚ ਨੇ, ਕੋਈ ਘਬਰਾਹਟ ਨਹੀਂ। ਇੰਨੀਆਂ ਕੁ ਬੇਨਤੀਆਂ ਕਰਨਾ, ਇਹ ਜਾਣਕਾਰੀ ਵੱਧ ਤੋਂ ਵੱਧ ਵੀਰਾਂ ਭਾਈਆਂ ਨਾਲ ਸਾਂਝੀ ਕਰ ਦਿਓ। ਰਸਤੇ ਦੇ ਵਿੱਚ ਕਈ ਲੋਕ ਇਹ ਕਹਿੰਦੇ ਨੇ ਰਸਤੇ ਚ ਉੱਥੇ ਜੀ ਆ ਹੁੰਦਾ ਵਾਹ ਹੁੰਦਾ, ਕੁਛ ਨਹੀਂ ਹੈਗਾ। ਸਾਰੇ ਰਸਤੇ ਦੇ ਵਿੱਚ ਕਰਨਾਲ, ਪਾਣੀਪਤ, ਕੁਰੂਕਸ਼ੇਤਰ ਟੋਲਾਂ ਦੇ ਉੱਤੇ ਲੰਗਰ ਚੱਲ ਰਹੇ ਨੇ। ਕਰਨਾਲ ਵਾਲੇ ਟੋਲ ਪਲਾਜ਼ੇ ਤੇ 2 ਕਿਲੋਮੀਟਰ ਦਾ ਜਾਮ ਲੱਗਿਆ ਹੋਇਆ ਟਰੈਕਟਰ ਟਰਾਲੀਆਂ ਦਾ, ਝੰਡੇ ਵਾਲੀਆਂ ਗੱਡੀਆਂ ਵਾਸਤੇ ਟੋਟਲ ਬੰਦ ਹੈ ਟੋਲ। ਕਿਤੇ ਕਿਤੇ ਫਾਸਟ ਟੈਗ ਵਾਲੇ ਕੱਟਦੇ ਨੇ, ਉਹ ਵੀ ਉਹਨਾਂ ਦਾ ਜਿਨ੍ਹਾਂ ਦੇ ਝੰਡੇ ਨਹੀਂ ਲੱਗੇ ਹੋਏ, ਪਰ ਕੋਈ ਝੰਡੇ ਵਾਲੀ ਗੱਡੀ ਨੂੰ ਰੋਕ ਟੋਕ ਨਹੀਂ, ਪੂਰਾ ਲੋਕ ਮਾਣ ਸਤਿਕਾਰ ਦਿੰਦੇ ਨੇ। ਅਸੀਂ ਤਾਂ ਈਵਨ ਪਿੰਡਾਂ ਦੇ ਵਿੱਚ ਦੀ ਵੀ ਲੰਘ ਕੇ ਆਇਆ ਵੀ ਦੇਖੀਏ ਪਿੰਡਾਂ ਵਾਲੇ ਤਾਂ ਨਹੀਂ ਝੰਡੀ ਵਾਲੀ ਘਰ ਨੂੰ, 1% ਦਾ ਕੋਈ ਰੌਲਾ ਨਹੀਂ ਹੈਗਾ। ਉਵੇਂ ਹੀ ਸੰਘਰਸ਼ ਚੜ੍ਹਦੀ ਕਲਾ ਚ ਹੈ ਔਰ ਇਹ ਸੰਘਰਸ਼ ਜਲਦੀ ਜਿੱਤ ਕੇ ਵਾਪਸ ਆਉਣਾ। ਤੁਸੀਂ ਵੱਧ ਤੋਂ ਵੱਧ ਲੋਕ ਆਉਣ ਜਾਣ ਸ਼ੁਰੂ ਕਰੋ ਕਾਰਾਂ ਤੇ, ਜੇ ਕਿਸੇ ਨੇ ਰਹਿਣਾ ਸਹਿਣਾ ਕਰਨਾ ਤਾਂ ਵੀਰਾਂ ਭਾਈਆਂ ਨਾਲ ਕੰਟੈਕਟ ਕਰੋ। ਉੱਥੇ ਸੰਗਤਾਂ ਨੇ ਬਹੁਤ ਸੋਹਣੇ ਇੰਤਜ਼ਾਮ ਕਰ ਲਏ, ਬਾਥਰੂਮ ਬਣ ਗਏ, ਟਰਾਲੀਆਂ ਦੇ ਵਿੱਚ ਬਹੁਤ ਸੁੱਖ ਸਹੂਲਤਾਂ ਬਣ ਗਈਆਂ, ਸਾਰਾ ਕੁਝ ਜਿੰਦਾਬਾਦ ਹੈ। ਬਸ ਇੰਨੀਆਂ ਕੁ ਬੇਨਤੀਆਂ ਨੇ, ਵੱਧ ਤੋਂ ਵੱਧ ਇਹ ਵੀਡੀਓ ਪਹੁੰਚਦੀ ਕਰੋ ਲੋਕਾਂ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।